ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਆਨੰਦ ਪ੍ਰੋਗਰਾਮ ਸਾਂਝਾ ਪੰਜਾਬ ਲਾਈਵ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋ ਚੁੱਕਾ। ਜਿਵੇਂ ਕਿ ਆਪ ਜੀ ਨਾਲ ਵਾਅਦਾ ਕਰਕੇ ਜਾਈਦਾ ਹੈ, ਕਿਸੇ ਨਵੇਂ ਗੈਸਟ ਦੇ ਨਾਲ ਕਿਸੇ ਨਵੀਂ ਗੱਲਬਾਤ ਦਾ ਵਿਸ਼ਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਅੱਜ ਇਹ ਤੁਹਾਡੇ ਮੋਬਾਈਲਾਂ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਦਸਤਕ ਦੇਣ ਵਾਸਤੇ ਫਿਰ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਕਿ ਕੁਝ ਕੁ ਦਿਨਾਂ ਤੋਂ ਇਹ ਪ੍ਰੋਗਰਾਮ ਇੱਕ ਚੱਲ ਰਿਹਾ ਹੈਗਾ ਅਪੀਲ ਸ਼ੋਅ, ਕਿ ਜਿਹਦੇ ਵਿੱਚ ਕਾਫੀ ਤੁਸੀਂ ਭਰਮਾ ਹੁੰਗਾਰਾ ਦਿੱਤਾ ਹੋਇਆ, ਅਤੇ ਅਸੀਂ ਅੱਜ ਫਿਰ ਤੁਹਾਡੀ ਜਿਹੜੀ ਹੈਗੀ ਹੈ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਏ ਹਾਂ ਅਪੀਲ ਸ਼ੋਅ ਲੈ ਕੇ। ਕਿ ਕਿਉਂਕਿ ਇਹ ਕੰਮ ਜਿਹੜੇ ਹੁੰਦੇ ਨੇ, ਜਿਹੜੇ ਅਸੀਂ ਸ਼ੁਰੂ ਕੀਤੇ ਨੇ, ਇਹਨਾਂ ਦੇ ਜਿਹੜੇ ਹੈਗੇ ਨੇ ਖਰਚੇ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਹਮਣੇ ਆਉਂਦੀਆਂ ਨੇ। ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਛੋਟੀ ਜਿਹੀ ਅਰਜ਼ ਕੀਤੀ ਸੀ ਕਿ ਜਦੋਂ ਪ੍ਰੋਗਰਾਮ ਸ਼ੁਰੂ ਕਰੀਦਾ ਨਾ, ਤਾਂ ਉਦੋਂ ਕੁਝ ਹੋਰ ਸੋਚ ਕੇ ਕਰੀਦਾ, ਜਦੋਂ ਕੈਮਰੇ ਦੇ ਅੱਗੇ ਬਹਿ ਜਾਈਦਾ ਤਾਂ ਫਿਰ ਉਸ ਪ੍ਰੋਗਰਾਮ ਦੇ ਜਿਹੜੀ ਹੈਗੀ ਨਾ ਰੰਗਤ ਜਿਹੜੀ ਹੈਗੀ ਆ ਉਹ ਬਦਲ ਜਾਂਦੀ ਹੈ। ਇਸ ਕਰਕੇ ਜਿਹੜਾ ਹੈਗਾ ਆ, ਇਹ ਵੀ ਕੰਮ ਜਿਹੜਾ ਹੈਗਾ ਆ, ਸੋਚਿਆ ਨਹੀਂ ਸੀ ਕਿ ਇਹ ਅੱਜ ਇਸ ਮੁਕਾਮ 'ਤੇ ਪਹੁੰਚ ਜਾਏਗਾ, ਇਸ ਬੁਲੰਦੀਆਂ 'ਤੇ ਪਹੁੰਚ ਜਾਏਗਾ, ਜਿਹਦੇ ਨਾਲ ਇਹਦਾ ਖਰਚਾ ਵੀ ਜਿਹੜਾ ਹੈਗਾ ਆ ਉਹ ਵੀ ਵੱਧ ਜਾਏਗਾ। ਕਿਉਂਕਿ ਸੋਚ ਅਸੀਂ ਰੱਖੀ ਸੀ ਕਿ ਇਹਨੂੰ ਸਿਰਫ ਘਰੋਂ ਰਨ ਕਰਾਂਗੇ, ਕੋਈ ਸਟੂਡੀਓ ਨਹੀਂ ਹੋਏਗਾ, ਕੋਈ ਕੁਛ ਨਹੀਂ ਹੋਏਗਾ, ਪਰ ਜਦੋਂ ਤੁਹਾਡਾ ਪਿਆਰ ਜਿਹੜਾ ਹੈਗਾ ਆ ਸਾਂਝਾ ਪੰਜਾਬ ਨੂੰ ਜਦੋਂ ਮਿਲਣ ਲੱਗ ਪਿਆ, ਤਾਂ ਫਿਰ ਸਾਰੀ ਹੀ ਟੀਮ ਨੇ ਜਿਹੜਾ ਹੈਗਾ ਸੋਚਿਆ ਕਿਉਂ ਨਾ ਇਹਦਾ ਜਿਹੜਾ ਹੈਗਾ ਪ੍ਰੋਪਰ ਸਟੂਡੀਓ ਬਣਾਇਆ ਜਾਵੇ, ਜਿੱਥੇ ਕਿ ਸਾਰੇ ਆ ਕੇ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਸਕਣ, ਅਤੇ ਉਹਦੇ ਨਾਲ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਖਰਚਾ ਵੀ ਜਿਹੜਾ ਹੈਗਾ ਵੱਧ ਗਿਆ ਹੋਇਆ। ਅਤੇ ਹੁਣ ਦਾਸ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਇਆ, ਇਹੀ ਚੀਜ਼ ਲੈ ਕੇ ਕਿ ਦਾਸ ਇਹੀ ਕਹਿਣ ਵਾਸਤੇ ਹਾਜ਼ਰ ਹੋਇਆ ਕਿ ਇਸ ਨੂੰ ਜਿਹੜਾ ਹੈਗਾ ਤੁਹਾਡੇ ਦਸਵੰਧ ਦੀ ਲੋੜ ਹੈ। ਅਸੀਂ ਇਹ ਨਹੀਂ ਚਾਹੁੰਦੇ ਹੈਗੇ, ਨਾ ਅਸੀਂ ਇਹ ਕਹਿੰਦੇ ਹੈਗੇ ਹਾਂ ਕਿ ਸਾਨੂੰ ਇਹ ਢੇਰਾਂ ਮੂੰਹੀ ਪੈਸੇ ਚਾਹੀਦੇ ਹੈਗੇ ਆ, ਕਿ ਅਸੀਂ ਅਮੀਰ ਬਣਨਾ ਹੈਗਾ ਚੈਨਲ ਦੇ ਸਿਰ ਦੇ ਉੱਤੇ। ਬਾਬੇ ਦਾ ਦਿੱਤਾ ਸਭ ਕੁਛ ਹੈ, ਸਿਰਫ ਚੈਨਲ ਦਾ ਹੱਥ ਫੜਨ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਆਏ ਹਾਂ, ਅਤੇ ਇਸ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਯੋਗਦਾਨ ਤੁਸੀਂ ਪਾਇਆ ਹੋਇਆ, ਅਤੇ ਉਹਦੇ ਨਾਲ ਨਾਲ ਜਿਹੜੀ ਹੈਗੀ ਹੈ ਨਾ, ਮੈਂ ਕਹਿੰਦਾ ਹੁੰਦਾ ਕਿ ਸਾਰੇ ਕੰਮਾਂ ਦੇ ਨਾਲ ਇੱਕ ਜਿਹੜਾ ਹੈਗਾ ਨਾ ਮਾਇਆ ਦਾ ਸਾਥ ਜਿਹੜਾ ਹੈਗਾ ਆ ਬਹੁਤ ਜ਼ਰੂਰੀ ਹੁੰਦਾ। ਕਿਉਂਕਿ ਮਾਇਆ ਇਹ ਇਸਨੇ ਪੂਰੇ ਹੀ ਜਗਤ ਨੂੰ ਜਿਹੜਾ ਹੈਗਾ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ, ਇਹਦੇ ਤੋਂ ਬਿਨਾਂ ਕੰਮ ਵੀ ਨਹੀਂ ਸਰਦਾ, ਬੇਸ਼ੱਕ ਜੋ ਮਰਜ਼ੀ ਅਸੀਂ ਕਹਿ ਲਈਏ। ਅਤੇ ਮਾਇਆ ਜਿਹੜੀ ਹੈਗੀ ਆ, ਇਹ ਲੋਕ ਤਾਂ ਇਹਨੂੰ ਨਾਗਣੀ ਕਹਿੰਦੇ ਆ, ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਆ, ਪਰ ਜਿੱਥੇ ਇਹਨੇ ਸਾਥ ਦੇਣਾ ਉੱਥੇ ਇੰਨੇ ਹੀ ਸਾਥ ਦੇਣਾ ਹੈਗਾ। ਕਿਉਂਕਿ ਕਈ ਵਾਰੀ ਹੁੰਦਾ ਕਿ ਬਾਕੀ ਤਾਂ ਸਾਰੇ ਭੱਜ ਜਾਂਦੇ ਨੇ, ਅਤੇ ਪਰ ਮਾਇਆ ਹੀ, ਜੇ ਮਾਇਆ ਕੋਲ ਹੈਗੀ ਹੈ ਤਾਂ ਤੁਹਾਡਾ ਸਹਾਰਾ ਇਹੀ ਬਣਦੀ ਹੈ। ਇਸ ਕਰਕੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਆਏ ਹੋਏ ਨੇ, ਉਹਨਾਂ ਨਾਲ ਫਤਿਹ ਬੁਲਾਉਂਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਸਿੰਘ ਆਨੰਦ ਜੀ, ਬੜੀ ਖੁਸ਼ੀ ਹੋਈ ਆ ਤੁਹਾਡੇ ਅਸੀਂ ਸਟੂਡੀਓ 'ਚ ਆਏ ਹਾਂ, ਬੜਾ ਦਿਲ ਖੁਸ਼। ਤੁਸੀਂ ਇੰਨੀ ਮਿਹਨਤ ਕਰ ਰਹੇ ਹਾਂ ਸਾਂਝਾ ਪੰਜਾਬ ਚੈਨਲ। ਸਾਂਝੇ ਦਾ ਮਤਲਬ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਲਚਰ ਆ, ਉਹ ਸਾਂਝੀਵਾਲਤਾ ਦਾ ਕਲਚਰ ਹੈ। ਬਿਲਕੁਲ ਜੀ। ਸੋ ਤੁਸੀਂ ਵੀ, ਮੈਂ ਦੇਖੀਆਂ ਤੁਹਾਡੀਆਂ ਸਾਰੀਆਂ ਵੀਡੀਓ ਕਾਫੀ, ਤੁਸੀਂ ਸਾਂਝੀ ਆਪ ਨੂੰ, ਜਿਹੜਾ ਜਿੰਨੇ ਵੀ ਆਪਣੇ ਸਰੋਤੇ ਹਨ ਸੁਣਨ ਵਾਲੇ ਆ, ਉਹਨਾਂ ਨੂੰ ਤੁਸੀਂ ਮੈਸੇਜ ਦਿੰਦੇ ਆ ਉਸ ਸੱਚੇ ਪਾਤਸ਼ਾਹ ਵਾਲਾ, ਸਾਰੇ ਰਲ ਮਿਲ ਕੇ ਰਹਿਣਾ। ਸਾਂਝਾ ਸਾਰਿਆਂ ਦਾ ਇਹ ਆ,
ਇੱਥੇ ਮੇਰਾ ਆਪਣਾ ਐਕਸਪੀਰੀਅੰਸ ਆ, ਇਹਨੇ ਕਦੇ ਨਹੀਂ ਕਿਹਾ ਵੀ ਤੁਸੀਂ ਆਹੀ ਪ੍ਰੋਗਰਾਮ ਕਰਨੇ ਜਾਂ ਇਹਦੇ ਬਾਰੇ ਬੋਲਣਾ, ਅਤੇ ਤੁਸੀਂ ਹਮੇਸ਼ਾ ਸਾਥ ਦਿੰਦੇ ਆ। ਸੋ ਮੇਰੀ ਤਾਂ ਬੇਨਤੀ ਹੈ ਜਿਹੜੇ ਸੁਣਨ ਵਾਲੇ ਹਨ, ਅਤੇ ਇਹ ਜ਼ਰੂਰ ਦੇਖੋ, ਮਾਇਆ ਤੋਂ ਬਿਨਾਂ ਹੈ ਕੁਛ ਨਹੀਂ। ਈਵਨ ਘਰ ਦੇ ਵੀ ਆਨੰਦ ਸਾਹਿਬ, ਜੇ ਕੋਈ ਬਾਹਰ ਗਿਆ ਨਾ, ਜੇ ਤੁਸੀਂ ਪੈਸੇ ਨਹੀਂ ਭੇਜਦੇ ਤਾਂ ਕਹੂਗੇ ਹਾਂ ਉਹ ਹੈਗਾ ਸਾਡਾ, ਉਹ ਗਿਆ ਆ। ਬਿਲਕੁਲ ਜੀ, ਪੈਸੇ ਆ ਹਰ ਇੱਕ ਚੀਜ਼ ਨਹੀਂ ਹੈਗੀ, ਪਰ ਪੈਸਾ ਹੈ ਜ਼ਰੂਰ। ਬਿਲਕੁਲ ਜੀ, ਬਿਲਕੁਲ ਬਿਲਕੁਲ, ਕਿਉਂਕਿ ਮਾਇਆ ਤੋਂ ਬਿਨਾਂ ਜਿਹੜਾ ਹੈਗਾ ਨਾ ਕੰਮ, ਕੋਈ ਵੀ ਕੰਮ ਜੇ ਕਹੀਏ ਘਰ ਦੇ ਵਿੱਚ, ਜੇ ਰਾਸ਼ਨ ਵੀ ਮੁੱਕ ਜਾਵੇ ਨਾ, ਤਾਂ ਮਾਇਆ ਨਾ ਹੋਵੇ ਤਾਂ ਦੁਕਾਨਦਾਰ ਇੱਕ ਵਾਰੀ ਉਧਾਰ ਦੇ ਸਕਦਾ, ਤਾਂ ਦੂਜੀ ਵਾਰੀ ਉਧਾਰ ਨਹੀਂ ਦਿੰਦਾ ਜੇ ਉਦੋਂ ਮਾਇਆ ਵਾਪਸ ਉਹਦੀ ਕੀਤੀ ਨਾ ਜਾਵੇ। ਅਤੇ ਪਰ ਵੇਖੋ ਨਾ ਕਿ ਇਹ ਕੰਮ ਜਿਹੜਾ ਹੈਗਾ ਦੇਖਣ ਨੂੰ ਬੜਾ ਹੀ ਛੋਟਾ ਲੱਗਦਾ ਕਿ ਬਸ ਜੀ ਸ਼ੁਰੂ ਕੀਤਾ ਆ ਅਤੇ ਬਸ ਦੋ ਕੈਮਰੇ ਰੱਖ ਲਏ ਅਤੇ ਸਕਰੀਨਾਂ ਰਲਾ ਲਈਆਂ ਦੋ ਤਿੰਨ ਅਤੇ ਬਸ ਕੰਮ ਖਤਮ ਹੈ, ਇਹਦਾ ਕੋਈ ਖਰਚਾ ਨਹੀਂ ਹੈਗਾ। ਹੁਣ ਵੇਖੋ ਨਾ ਖਰਚੇ ਜਿਹੜੇ ਹੈਗੇ ਸੀ ਅੱਗੇ ਜਦੋਂ ਕੰਮ ਸ਼ੁਰੂ ਕੀਤਾ ਸੀ, ਮੈਂ ਤੁਹਾਡੀ ਨੌਲੇਜ ਦੇ ਵਿੱਚ ਵੀ ਲਿਆਉਣਾ ਚਾਹੁੰਦਾ ਕਿ ਅਸੀਂ ਕੰਮ ਸ਼ੁਰੂ ਕੀਤਾ ਸੀ ਘਰੋਂ, ਦਾਸ ਦੇ ਘਰੋਂ ਹੀ ਸਾਰਾ ਕੰਮ ਸੈਟਅਪ ਉੱਥੇ ਕੀਤਾ ਹੋਇਆ ਸੀ। ਫਿਰ ਜਦੋਂ ਲੋਕਡਾਊਨ ਲੱਗਾ ਹੋਇਆ ਸੀ, ਫਿਰ ਜਦੋਂ ਕੋਈ ਆਉਂਦਾ ਸੀ ਪ੍ਰੋਗਰਾਮ ਕਰਨ ਵਾਸਤੇ ਆਉਂਦੇ ਸਨ, ਤਾਂ ਫਿਰ ਬਹੁਤ ਹੀ ਮੁਸ਼ਕਲ ਜਿਹੀ ਹੁੰਦੀ ਸੀ ਕਿਉਂਕਿ ਉਹ ਵੀ ਕੰਫਰਟੇਬਲ ਮਹਿਸੂਸ ਨਹੀਂ ਸੀ ਕਰਦੇ ਕਿ ਘਰ ਦੇ ਵਿੱਚ ਆਉਣਾ ਪੈਂਦਾ ਆ, ਫਿਰ ਕੀ ਕਹਿੰਦੇ ਨੇ ਬੜੀਆਂ ਚੀਜ਼ਾਂ ਹੋਈਆਂ। ਫਿਰ ਮਤਲਬ ਕਿ ਅਸੀਂ ਸੋਚਿਆ ਕਿ ਕਿਉਂ ਨਾ ਬਾਹਰ ਕੋਈ ਸਟੂਡੀਓ ਜਿਹੜਾ ਹੈਗਾ ਲਿਆ ਜਾਵੇ, ਉੱਥੇ ਬੈਠ ਕੇ ਪ੍ਰੋਗਰਾਮ ਜਿਹੜੇ ਹੈਗੇ ਆ ਕੀਤੇ ਜਾਣ, ਪ੍ਰੋਗਰਾਮ ਬਣਾਏ ਜਾਣ, ਅਤੇ ਮੀਟਿੰਗ ਰੂਮ ਹੋਵੇ ਕਿ ਪ੍ਰੋਗਰਾਮ ਨੂੰ ਜਾਂ ਸਟੂਡੀਓ ਨੂੰ ਜਾਂ ਇਸ ਜਿਹੜੇ ਹੈਗੇ ਆ ਜਿਹੜਾ ਅਸੀਂ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਹਾਂ ਇਹਨੂੰ ਕਿੱਦਾਂ ਵਧਾਇਆ ਜਾਵੇ। ਉਹ ਸਾਰੀਆਂ ਚੀਜ਼ਾਂ ਜਦੋਂ ਦੇਖੀਆਂ ਅਤੇ ਸਾਰਾ ਕੁਛ ਅਸੀਂ ਜਦੋਂ ਕਰ ਲਿਆ, ਸੈਟਅਪ ਹੋ ਗਿਆ, ਸਭ ਕੁਛ ਹੋ ਗਿਆ, ਪਰ ਕੀ ਕਹਿੰਦੇ ਨੇ ਫਿਰ ਸਤਿਗੁਰੂ ਦਾ ਜਿਹੜਾ ਹੈਗਾ ਆ ਕੀ ਕਹਿੰਦੇ ਨੇ ਐਸਾ ਭਾਣਾ ਵਰਤਿਆ ਕਿ ਜਿਨ੍ਹਾਂ ਨੇ ਦਾਸ ਨੂੰ ਖੜਿਆ ਕੀਤਾ ਚੱਕ ਕੇ, ਉਹੀ ਦਾਸ ਨੂੰ ਫਿਰ ਸੁੱਟ ਕੇ ਨੱਚ ਗਏ। ਅਤੇ ਇਸ ਕਰਕੇ ਇਹ ਜਿਹੜਾ ਸਾਰਾ, ਕਿਉਂਕਿ ਬੰਦ ਕਰਨ ਨੂੰ ਭਾਵੇਂ ਅੱਜ ਬੰਦ ਕਰ ਦਿਓ ਇਸ ਚੀਜ਼ ਨੂੰ, ਪਰ ਇਹਦੇ 'ਤੇ ਦਾਸ ਦੀ ਜਿਹੜੀ ਹੈਗੀ ਆ ਮੇਰੀ ਖੁਦ ਦੀ ਬਹੁਤ ਮਿਹਨਤ ਲੱਗੀ ਹੋਈ ਆ, ਕਿਉਂਕਿ ਇੱਥੇ ਤੱਕ ਜਿਹੜਾ ਲਿਆਂਦਾ ਹੋਇਆ ਬੜੀਆਂ ਮੁਸ਼ਕਲਾਂ ਤੋਂ ਬਾਅਦ ਇੱਥੇ ਪਹੁੰਚਿਆ ਹੋਇਆ। ਹੁਣ ਜੇ ਬੰਦ ਕਰਨ ਦੀ ਮੈਂ ਸੋਚਦਾ ਨਾ ਤਾਂ ਮੇਰੇ ਅੰਦਰੋਂ ਹੋਲ ਪੈਂਦੇ ਆ, ਕਿਉਂਕਿ ਜਿੱਦਾਂ ਤੁਸੀਂ ਸ਼ੁਰੂ ਕੀਤਾ ਆ, ਜਿਸ ਤੁਹਾਡੀ ਸੱਚੀ ਲਗਨ ਨਾਲ ਮੈਂ ਦੇਖਿਆ, ਹਾਂਜੀ, ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਬਿਲਕੁਲ, ਜਿਹੜੇ ਸਾਡੇ ਸਰੋਤੇ ਆ ਦੇਖਣ ਵਾਲੇ ਆ, ਉਹ ਵੀ ਸੋਚਦੇ ਆ, ਦੇਖੋ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ, ਮੈਂ ਤੁਹਾਡਾ ਸਟੂਡੀਓ ਦੇਖ ਕੇ, ਮੈਂ ਕਿਹਾ ਦੇਖੋ ਸਟੂਡੀਓ ਆ, ਕੈਮਰੇ ਆ, ਹੋਰ ਲਾਈਟਾਂ ਆ, ਖਰਚੇ ਕਿੰਨੇ ਆ। ਬਿਲਕੁਲ, ਇਹ ਫਿਰ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਣਾ ਇਹ। ਅਤੇ ਮੈਂ ਤਾਂ ਆਪਣੇ ਬੇਨਤੀ ਕਰਦਾ ਵੀ ਤੁਸੀਂ ਪਲੀਜ਼ ਜ਼ਰੂਰ ਹੈਲਪ ਕਰੋ, ਕੋਈ ਡਾਇਰੈਕਟ ਡਾਇਵਰਟ ਭਾਵਾਂ 15-20 ਪਾਉਂਡ ਜਿੰਨਾ ਵੀ ਸਰਦਾ, ਇਹਦੇ ਨਾਲ ਇਹਨਾਂ ਦੇ ਬਿੱਲ ਵਗੈਰਾ ਤਾਂ ਚੱਲੀ ਜਾਣ। ਬਿਲਕੁਲ, ਅਸੀਂ ਤਾਂ ਇਹ ਨਹੀਂ ਕਹਿੰਦੇ ਹੈਗੇ, ਅਸੀਂ ਤਾਂ ਕਹਿੰਦੇ ਹਾਂ ਕਿ ਜੇ ਕਿਤੇ ਕਿਸੇ ਨੇ 5 ਪਾਉਂਡ ਵੀ ਦੇਣੇ ਹੋਣ, 5 ਪਾਉਂਡ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਮੈਕਡੋਨਲ KFC ਤੋਂ ਸ਼ੁਰੂ ਕਰਦੇ ਆ, ਅੱਜ ਜੇ 5 ਪਾਉਂਡ ਤੁਸੀਂ ਲੈ ਕੇ ਇਹਨਾਂ ਦੇ ਅੰਦਰ ਵੜ ਜਾਓ ਨਾ, ਤਾਂ ਤੁਸੀਂ ਰੱਜ ਕੇ ਖਾ ਕੇ ਨਹੀਂ ਨਿਕਲ ਸਕਦੇ। ਬਿਲਕੁਲ, ਅਤੇ ਅਸੀਂ ਤਾਂ ਫਿਰ 5 ਪਾਉਂਡ ਅਸੀਂ ਤੁਹਾਡੇ ਕੋਲ ਮੰਗਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਹੈਗੇ। ਹਾਂ, ਜਿਹਦੀ ਹੈਸੀਅਤ 10 ਪਾਉਂਡ ਦੀ ਹੈਗੀ ਆ, 20 ਪਾਉਂਡ ਦੀ ਹੈਗੀ ਆ, ਦੇ ਸਕਦਾ, ਪਰ ਜੇ ਕਿਸੇ ਨੇ ਸਟਾਰਟਿੰਗ ਕਰਨੀ ਹੈਗੀ ਆ, ਉਹ ਭਾਵੇਂ 5 ਪਾਉਂਡ ਤੋਂ ਵੀ ਕਰੇ ਨਾ, ਤਾਂ ਸਾਨੂੰ ਉਹ ਵੀ ਐਕਸੈਪਟ ਹੈ, ਕਿਉਂਕਿ 5 ਪਾਉਂਡ ਜਿਹੜੇ ਹੈਗੇ ਆ ਨਥਿੰਗ ਹੈ। 5 ਪਾਉਂਡ ਅੱਜ ਦੇ ਟਾਈਮ ਦੇ ਵਿੱਚ ਮੇਰੇ ਖਿਆਲ ਨਾਲ 1.5 ਲੀਟਰ ਤੇਲ ਹੀ ਅੱਜ ਦੇ ਪੈਂਦਾ, 1.5 ਲੀਟਰ ਤੇਲ, ਅਤੇ ਤੁਸੀਂ ਹਿਸਾਬ ਲਾ ਲਓ ਮੈਕਡੋਨਲ ਨਹੀਂ ਆਪਣੇ ਬੱਚੇ ਨੂੰ ਤੁਸੀਂ 5 ਪਾਉਂਡ ਦਾ ਖਵਾ ਸਕਦੇ।
ਤੇ 5 ਪੌਂਡ ਦਾ ਕੁਛ ਨਹੀਂ ਆਉਂਦਾ, ਪਰ ਸਾਡੇ ਲਈ ਜਿਹੜਾ ਤੁਹਾਡਾ ਦਿੱਤਾ ਹੋਇਆ 5 ਪੌਂਡ ਵੀ ਜਿਹੜੇ ਹੈਗੇ ਨੇ ਨਾ 5 ਲੱਖ ਦੇ ਬਰਾਬਰ ਹੈ। ਕਿਉਂਕਿ ਅਸੀਂ ਚਾਹੁੰਦੇ ਹੈਗੇ ਹਾਂ ਕਿ ਜੋ ਅਸੀਂ ਮਿਹਨਤ ਕੀਤੀ ਹੈ ਨਾ, ਜੋ ਤੁਸੀਂ ਆਪਣੇ ਆਸ਼ੀਰਵਾਦ ਆਪਣੇ ਹੱਥ ਦੇ ਥੱਲੇ ਸਾਂਝੇ ਪੰਜਾਬ ਨੂੰ ਇੱਥੇ ਤੱਕ ਪਹੁੰਚਾਇਆ, ਅਤੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਇਹ ਕਿਸੇ ਕਾਰਨਾਂ ਕਰਕੇ ਜਿਹੜਾ ਹੈਗਾ ਆ ਬੰਦ ਹੋਵੇ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਮਿਹਨਤ ਦਾਸ ਵੱਲੋਂ ਹੋਈ ਹੈ ਤੁਹਾਡੇ ਪਿਆਰ ਨੂੰ ਦੇਖਦਿਆਂ ਹੋਇਆਂ, ਅਤੇ ਅਸੀਂ ਕਹਿੰਦੇ ਹਾਂ ਕਿ ਉਹਦਾ ਮੁੱਲ ਜਿਹੜਾ ਹੈਗਾ ਨਾ ਉਹ ਸਾਂਝੇ ਪੰਜਾਬ ਨੂੰ ਮੁੜਨਾ ਚਾਹੀਦਾ ਹੈਗਾ। ਮਿਹਨਤ ਬੇਸ਼ੱਕ ਦਾਸ ਨੇ ਕੀਤੀ ਹੈ, ਪਰ ਦਾਸ ਇਸ ਚੀਜ਼ ਦਾ ਮੁੱਲ ਨਹੀਂ ਲੈਂਦਾ। ਦਾਸ ਇਹੀ ਚਾਹੁੰਦਾ ਹੈਗਾ ਕਿ ਸਿਰਫ ਸਾਂਝੇ ਪੰਜਾਬ ਦਾ ਜਿਹੜਾ ਹੈਗਾ ਉਹ ਹੱਥ ਫੜਿਆ ਜਾਵੇ, ਸਾਂਝੇ ਪੰਜਾਬ ਨੂੰ ਜਿਹੜੀ ਹੈਗੀ ਹੈ ਆਪਣਾ ਪਿਆਰ ਅਤੇ ਆਪਣਾ ਜੇ ਗੁਰੂਆਂ ਨੇ ਦਸਵੰਧ ਬਖਸ਼ਿਆ ਹੈ, ਜੇ ਤੁਸੀਂ ਦਸਵੰਧ ਮੰਨਦੇ ਹੋ ਤਾਂ ਜਿਹੜਾ ਹੈਗਾ ਆ ਸਟੈਂਡਿੰਗ ਆਰਡਰ ਜਿਹੜਾ ਹੈਗਾ ਆ ਦਾ ਫਾਰਮ ਜਿਹੜਾ ਹੈਗਾ ਅਤੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸਟੂਡੀਓ ਦੇ ਵਿੱਚ ਫੋਨ ਕਰਕੇ ਜਾਂ ਦਾਸ ਦੇ ਪਰਸਨਲ ਨੰਬਰ 'ਤੇ ਫੋਨ ਕਰਕੇ, ਜਿਹੜਾ ਵਟਸਐਪ ਦਾ ਨੰਬਰ ਦਿੱਤਾ ਹੋਇਆ ਸਟੂਡੀਓ ਦਾ ਵੀ, ਉਹਦੇ 'ਤੇ ਵੀ ਫੋਨ ਕਰਕੇ ਅਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਅਤੇ ਕਿਸੇ ਨੇ ਫਾਰਮ ਚਾਹੀਦਾ ਹੋਵੇ ਆਪਣਾ ਐਡਰੈਸ ਜਿਹੜਾ ਹੈਗਾ ਆ ਸੈਂਡ ਕਰੋ ਅਤੇ ਤੁਹਾਨੂੰ ਫਾਰਮ ਜਿਹੜਾ ਹੈਗਾ ਪੋਸਟ ਕਰ ਦਿੱਤਾ ਜਾਏਗਾ। ਵੈਸੇ ਤਾਂ ਫਾਰਮ ਦੀ ਤਾਂ ਜਿਹੜੀ ਹੈਗੀ ਆ ਕੀ ਕਹਿੰਦੇ ਨੇ ਲੋੜ ਹੀ ਨਹੀਂ ਪੈਂਦੀ, ਕਿਉਂਕਿ ਅੱਜ ਕੱਲ੍ਹ ਜਿਹੜੇ ਹੈਗੇ ਨੇ ਸਾਰੇ ਸਮਾਰਟਫੋਨ ਨੇ, ਐਂਡਰੋਇਡ ਫੋਨ ਨੇ, ਅੱਜ ਕੱਲ੍ਹ ਜਿਹੜੇ ਬੈਂਕ ਐਪਸ ਨੇ ਬਿਲਕੁਲ, ਅਤੇ ਉਹਦੇ ਤੋਂ ਹੀ ਜਿਹੜੀ ਹੈਗੀ ਆ ਉੱਥੇ ਬੈਠੇ ਹੀ ਸੈਟਿੰਗ ਹੋ ਜਾਂਦੀ ਆ। ਅਤੇ ਜੇ ਫਾਰਮ ਭਰਨੇ ਆ, ਜੇ ਉਹ ਕਈ ਵਾਰੀ ਹੁੰਦਾ ਕਿ ਕਈ ਬਜ਼ੁਰਗ ਜਿਹੜੇ ਹੁੰਦੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਫੋਨ ਚਲਾਉਣੇ ਨਹੀਂ ਆਉਂਦੇ ਹੈਗੇ, ਅਤੇ ਜਿਹੜਾ ਫਾਰਮ ਵੀ ਹੈਗਾ ਆ ਉਹ ਬਿਲਕੁਲ ਸੌਖਾ, ਬਹੁਤ ਸੌਖਾ ਆ। ਉਹਦੇ 'ਤੇ ਸਿਰਫ ਆਪਣਾ ਨਾਂ, ਆਪਣਾ ਐਡਰੈਸ, ਆਪਣਾ ਟੈਲੀਫੋਨ ਨੰਬਰ, ਆਪਣਾ ਜਿਹੜਾ ਬੈਂਕ ਦੇ ਉੱਤੇ ਤੁਹਾਡਾ ਨਾਂ ਕਾਰਡ ਦੇ ਉੱਤੇ ਤੁਹਾਡਾ ਨਾਂ ਲਿਖਿਆ ਹੋਇਆ ਉਹਨੂੰ ਲਿਖਣਾ ਆ, ਸੋਟ ਕੋਡ ਅਤੇ ਅਕਾਊਂਟ ਨੰਬਰ, ਅਤੇ ਆਪਣੇ ਸਾਈਨ ਕਰਨੇ ਆ, ਅਤੇ ਕਿਹੜੀ ਤਰੀਕ ਨੂੰ ਪੈਸੇ ਦੇਣੇ ਆ ਅਤੇ ਕਿੰਨੇ ਦੇਣੇ ਆ, ਬਸ। ਹੋਰ ਉਹਦੇ 'ਤੇ ਵੀ ਕੁਛ ਨਹੀਂ ਹੈ। ਰਣਜੀਤ ਸਿੰਘ ਜੀ, ਕਿਸੇ ਨੇ ਵੈਸੇ ਚਲੋ ਮੈਂ 40-50 ਪੌਂਡ ਭੇਜਣੇ ਚਾਹੁੰਦਾ ਜਾਂ ਉਹ ਕੀ ਕਰਨ ਹੋਵੇ? ਉਹ ਜੀ ਉਹ ਸਿੱਧਾ ਡਾਇਰੈਕਟ ਬੈਂਕ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ, ਚੈੱਕ ਵੀ ਭੇਜ ਸਕਦੇ ਆ, ਸਭ ਕੁਛ ਉਹ ਕਰ ਸਕਦੇ ਆ ਜਿਸ ਤਰ੍ਹਾਂ ਮਰਜ਼ੀ। ਹੁਣ ਖੁੱਲ੍ਹੀ ਜਿਹੜੀ ਛੁੱਟੀ ਆ ਬੈਂਕ ਵੱਲੋਂ ਕਿ ਉਹ ਜਿਸ ਤਰ੍ਹਾਂ ਵੀ ਪੇ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ, ਜੇ ਚੈੱਕ ਥਰੂ ਕਰਨੇ ਆ, ਜੇ ਚੈੱਕ ਸਟੂਡੀਓ 'ਚ ਭੇਜਣਾ ਹੈ ਤਾਂ ਵੀ ਐਡਰੈਸ ਜਿਹੜਾ ਹੈਗਾ ਆ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਹੈਗਾ ਆ, ਅਤੇ ਉੱਥੋਂ ਵੀ ਲੈ ਸਕਦੇ ਹੋ। ਐਡਰੈਸ ਕਲੀਅਰ ਕਲੀਅਰ ਲਿਖਿਆ ਹੋਇਆ ਉਹਦੇ 'ਤੇ, ਵੈਰੀ ਗੁੱਡ, ਅਤੇ ਵਿਦ ਪੋਸਟ ਕੋਡ ਸਭ ਕੁਛ ਉਹਦੇ 'ਤੇ ਕਲੀਅਰ ਲਿਖਿਆ ਹੋਇਆ ਆ। ਜੇ ਕਿਸੇ ਨੇ ਚੈੱਕ ਆਪ ਜਾ ਕੇ ਅਕਾਊਂਟ 'ਚ ਟ੍ਰਾਂਸਫਰ ਕਰਨਾ ਹੈ, ਜਮ੍ਹਾਂ ਕਰਾਉਣਾ ਆ, ਅਤੇ ਅਕਾਊਂਟ ਨੰਬਰ ਵੀ ਜਿਹੜਾ ਹੈਗਾ ਆ ਇਹ ਕੀ ਕਹਿੰਦੇ ਨੇ ਸਕਰੀਨ ਦੇ ਉੱਤੇ ਜਿਹੜਾ ਹੈਗਾ ਆ ਜਿਹੜਾ ਸ਼ੋ ਹੋ ਰਿਹਾ ਹੈਗਾ ਆ ਤੁਹਾਨੂੰ, ਅਤੇ ਉਹਦੇ 'ਤੇ ਵੀ ਤੁਸੀਂ ਕਰ ਸਕਦੇ ਹੋ। ਕਿਉਂਕਿ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਤਾਂ ਹੀ ਕਾਮਯਾਬ ਹੋ ਸਕਦੀਆਂ ਨੇ ਜੇ ਤੁਸੀਂ ਇਸ ਦੀ ਬਾਂਹ ਫੜੋਗੇ, ਅਤੇ ਜੇ ਨਹੀਂ ਫੜੋਗੇ ਤਾਂ ਫਿਰ ਇਹ ਕੀ ਕਹਿੰਦੇ ਨੇ ਸਾਰੀ ਕੀਤੀ ਹੋਈ ਮਿਹਨਤ ਜਿਹੜੀ ਹੈਗੀ ਨਾ ਉਹ ਬੇਕਾਰ ਹੋ ਜਾਂਦੀ ਹੈ। ਕਿਉਂਕਿ ਇਹਨੂੰ ਵਧਣ ਫੁੱਲਣ ਵਾਸਤੇ ਕਹਿੰਦੇ ਨੇ ਇੱਕ ਘਰ ਦੇ ਵਿੱਚ ਗਮਲੇ 'ਚ ਬੂਟਾ ਲਾਉਂਦੇ ਆ ਨਾ, ਕਈ ਵਾਰੀ ਬੂਟਾ ਐਡਾ ਵੱਡਾ ਹੋ ਜਾਂਦਾ ਆ ਅਤੇ ਉਹਨੂੰ ਗਮਲੇ 'ਚੋਂ ਕੱਢ ਕੇ ਅਤੇ ਉਹਨੂੰ ਬਾਹਰ ਗਾਰਡਨ 'ਚ ਜ਼ਮੀਨ 'ਚ ਲਾਉਣਾ ਪੈਂਦਾ ਹੁੰਦਾ। ਕਿਉਂਕਿ ਜੇ ਤੁਸੀਂ ਇਹ ਮਿਹਨਤ ਨਹੀਂ ਨਾ ਕਰੋਗੇ ਤਾਂ ਫਿਰ ਉਹ ਬੂਟਾ ਵਧੇਗਾ ਫੁੱਲੇਗਾ ਨਹੀਂ। ਹਾਂ, ਜਿੰਦਾ ਤਾਂ ਜ਼ਰੂਰ ਰਹੇਗਾ ਪਰ ਵਧੇਗਾ ਫੁੱਲੇਗਾ ਨਹੀਂ, ਫਲ ਨਹੀਂ ਦੇਗਾ ਜੇ ਕੋਈ ਫਲ ਵਾਲਾ ਦਰਖਤ ਹੈਗਾ ਤਾਂ ਉਹ। ਬਿਲਕੁਲ ਬਿਲਕੁਲ, ਹਾਂਜੀ, ਇੱਦਾਂ ਮੇਰੀ ਵੀ ਬੇਨਤੀ ਹੈ ਮੇਰੇ ਵੱਲੋਂ ਵੀ, ਭਾਈ ਦੇਖੋ ਇਹਨਾਂ ਨੇ ਇੰਨੀ ਦਿਆਨਦਾਰੀ ਦੇ ਨਾਲ, ਕੋਈ ਲਾਲਚ ਨਹੀਂ ਪਏ, ਤੁਸੀਂ ਐਡਾ ਵੱਡਾ ਅਮਾਊਂਟ ਦਿਓ, ਸੋ ਜਿੰਨਾ ਵੀ ਹੈ ਤੁਸੀਂ ਕਰ ਸਕਦੇ ਹਾਂ ਜ਼ਰੂਰ ਕਰੋ। ਇਹਨਾਂ ਨੇ ਗੱਡਾ ਜੋੜਤਾ ਆ ਸਾਰਾ ਕੁਝ,
ਧੱਕਾ ਤੁਸੀਂ ਲੈਣਾ ਤਾਂ ਕਿ ਚੱਲਦਾ ਰਹੇ। ਸੋ ਇਹ ਬੇਨਤੀ ਹੈ। ਅਤੇ ਬਾਕੀ ਮਾਇਆ ਜਿਹੜੀ ਆ, ਕਹਿੰਦੇ ਜਿੱਦਾਂ ਗੁਰਬਾਣੀ ਵੀ ਕਹਿੰਦੀ ਮਾਇਆ ਨਖਸਮੀ ਆ, ਮਾਇਆ ਦਾ ਕਦੇ ਖਸਮ ਨਹੀਂ ਮਰਦਾ। ਬਿਲਕੁਲ ਜੀ। ਸੋ ਪਰ ਮਾਇਆ ਤੋਂ ਬਿਨਾਂ ਚੱਲਦੀ ਵੀ ਨਹੀਂ ਗੱਡੀ। ਸੋ ਤੁਸੀਂ ਇਹ ਸੰਗਤ ਜੀ, ਬੜੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਹਨਾਂ ਦੀ ਮਦਦ ਕਰਨੀ ਹੈ ਜਿੰਨਾ ਵੀ ਕਰ ਸਕੇ, ਥੋੜ੍ਹੀ ਬਹੁਤ। ਅਸੀਂ ਦੇਖਦੇ ਹਾਂ ਹਫ਼ਤੇ ਦੇ ਵਿੱਚ ਕਿੰਨਾ ਕੁ ਤੁਸੀਂ ਸਾਡਾ ਹੁੰਗਾਰਾ ਦੇ ਰਹੇ ਇਹਨਾਂ ਨੂੰ। ਅਤੇ ਮੈਂ ਆਪਣੀ ਤਾਂ ਮੇਰੀ ਫਿਰ ਇਹੀ ਬੇਨਤੀ ਆ ਜੀ। ਬਿਲਕੁਲ ਜੀ, ਕਿਉਂਕਿ ਸਕਰੀਨ ਦੇ ਉੱਤੇ ਜਿਹੜਾ ਹੈਗਾ ਨੰਬਰ ਸ਼ੋ ਹੋ ਰਿਹਾ ਜੀ, ਅਕਾਊਂਟ ਨੰਬਰ ਵੀ ਆ, ਸੋਡ ਕੋਡ ਵੀ ਆ, ਅਤੇ ਆਪਣਾ ਜਿਹੜਾ ਹੈਗਾ ਆ, ਦੇਸ਼ਾਂ ਵਿਦੇਸ਼ਾਂ 'ਚੋਂ ਵੀ ਕਿਸੇ ਨੇ ਕੋਈ ਮਦਦ ਕਰਨੀ ਹੋਵੇ, $1, $2, $5 $5 ਦੀ ਕੋਈ ਮਦਦ ਕਰਨੀ ਹੋਵੇ ਕਿਸੇ ਵੀ ਕੰਟਰੀ 'ਚੋਂ, ਸਪੋਰਟ ਸਾਂਝੇ ਪੰਜਾਬ ਨੂੰ ਕਰਨੀ ਹੋਵੇ, ਤਾਂ ਤੁਸੀਂ ਇਹ ਉਹ ਜਿਹੜਾ ਨੰਬਰ ਬੈਂਕ ਵਾਲੇ ਮੰਗਦੇ ਹੁੰਦੇ ਆ, ਤਾਂ ਹੀ ਤੁਸੀਂ ਪੈਸੇ ਟ੍ਰਾਂਸਫਰ ਬੈਂਕ ਦੇ ਵਿੱਚ ਕਰ ਸਕਦੇ ਹੋ। ਅਤੇ ਇਹ ਚੀਜ਼ਾਂ, ਕਿਉਂਕਿ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕੋਈ ਰਸੀਦ ਬੁੱਕਾਂ ਛਪਾਈਆਂ ਨੇ ਜਾਂ ਰਸੀਦ ਬੁੱਕਾਂ ਲੈ ਕੇ ਅਸੀਂ ਫਿਰਦੇ ਹਾਂ, ਬਾਹਰ ਫਿਰਦੇ ਹਾਂ, ਲੋਕਾਂ ਕੋਲ ਪੈਸੇ ਇਕੱਠੇ ਕਰਦੇ ਫਿਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਜੋ ਵੀ ਤੁਸੀਂ ਦੇਣਾ ਉਹ ਡਾਇਰੈਕਟਲੀ ਬੈਂਕ ਦੇ ਵਿੱਚ ਦਿਓ, ਤਾਂ ਜੋ ਅਸੀਂ ਕਿਸੇ ਨੂੰ ਜੇ ਹਿਸਾਬ ਕੋਈ ਸਾਡੇ ਕੋਲ ਮੰਗੇ ਨਾ, ਅਸੀਂ ਕਲੀਅਰ ਕੱਟ ਉਸ ਨੂੰ ਬੈਂਕ ਦੀਆਂ ਸਟੇਟਮੈਂਟਾਂ ਦਿਖਾ ਸਕੀਏ ਕਿ ਇਸ ਤੋਂ ਇਲਾਵਾ ਸਾਡੇ ਕੋਈ ਰਸੀਦ ਬੁੱਕ ਨਹੀਂ ਹੈਗੀ, ਕੋਈ ਅਸੀਂ ਰਸੀਦ ਬੁੱਕ ਨਹੀਂ ਛਪਾਈ ਕਿ ਜਿਹਦੇ ਨਾਲ ਅਸੀਂ ਰਸੀਦ ਬੁੱਕ ਲੁਕੋ ਲਈਆਂ ਅਤੇ ਕੈਸ਼ ਪੈਸਾ ਜਿਹੜਾ ਹੈਗਾ ਆ ਉਹ ਆਪਣੇ ਬੈਂਕ ਭਰਨੇ ਸ਼ੁਰੂ ਕਰ ਦਿੱਤੇ ਹੈਗੇ। ਇਸ ਤਰ੍ਹਾਂ ਦਾ ਕੰਮ ਕੋਈ ਨਹੀਂ ਰੱਖਿਆ। ਜੋ ਕੁਛ ਦੇਣਾ ਉਹ ਇਮਾਨਦਾਰੀ ਦੇ ਨਾਲ ਬੈਂਕ 'ਚ ਪਾਓ, ਅਤੇ ਅਸੀਂ ਵੀ ਉਹੀ ਇਮਾਨਦਾਰੀ ਦੇ ਨਾਲ ਤੁਹਾਨੂੰ ਕਲੀਅਰ ਕੱਟ ਜਿਹੜੀ ਹੈਗੀ ਆ ਚੀਜ਼ ਜੇ ਕਿਸੇ ਨੇ ਦਿੱਤੀ ਹੈ ਨਾ, ਅਸੀਂ ਵੀ ਬੇਧੜਕ ਹੋ ਕੇ ਅਤੇ ਅਸੀਂ ਤੁਹਾਡੇ ਸਾਹਮਣੇ ਰੱਖ ਸਕੀਏ, ਤੁਹਾਡੇ ਨਾਲ ਅੱਖਾਂ ਪਾ ਕੇ ਗੱਲ ਕਰ ਸਕੀਏ ਕਿ ਇਹ ਜਿਹੜੀ ਹੈਗੀ ਆ ਸੰਗਤ ਵੱਲੋਂ ਦਿੱਤਾ ਹੋਇਆ ਦਸਵੰਧ ਸਾਂਝੇ ਪੰਜਾਬ ਨੂੰ ਆਇਆ, ਅਤੇ ਇਹ ਉਹਦੀ ਇਨਕਮ ਆ, ਇਹ ਉਹਦੇ ਖਰਚੇ ਆ, ਕਿ ਸਾਰਾ ਕਲੀਅਰਲੀ ਹੋਵੇ। ਕਿਉਂਕਿ ਕੱਲ੍ਹ ਨੂੰ ਇਹ ਨਾ ਕਹੇ ਕਿ ਰਣਜੀਤ ਸਿੰਘ ਜੇ ਵੱਡੀਆਂ ਗੱਡੀਆਂ 'ਚ ਫਿਰਨ ਲੱਗ ਪਿਆ ਕਿ ਪਤਾ ਨਹੀਂ ਸਾਂਝੇ ਪੰਜਾਬ ਦੇ ਨਾਲ ਹੀ ਫਿਰਦਾ ਪਿਆ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਮੈਂ ਸ਼ੁਰੂ ਤੋਂ ਹੀ ਇੱਕ ਚੀਜ਼ ਜਿਹੜੀ ਹੈਗੀ ਜਦੋਂ ਸ਼ੁਰੂ ਕੀਤਾ ਸੀ, ਜਦੋਂ ਬਾਕੀਆਂ ਦੇ ਨਾਲ ਜਿਹੜੇ ਚਲੋ ਜਿਹੜੇ ਹੈਗੇ ਨਹੀਂ ਸਾਥ ਨਿਭਾ ਸਕੇ ਹੈਗੇ, ਉਦੋਂ ਵੀ ਉਹਨਾਂ ਨੂੰ ਵੀ ਇਹੀ ਗੱਲ ਕੀਤੀ ਸੀ ਕਿ ਮੈਂ ਪੂਰੀ ਇਮਾਨਦਾਰੀ ਦੇ ਨਾਲ ਇਸ ਚੀਜ਼ ਨੂੰ ਸ਼ੁਰੂ ਕਰਨਾ ਅਤੇ ਪੂਰੀ ਇਮਾਨਦਾਰੀ ਦੇ ਨਾਲ ਹੀ ਨਿਭਾਉਣੀ ਹੈ, ਕਿਉਂਕਿ ਇਹਦੇ ਵਿੱਚੋਂ ਮੈਂ ਅਮੀਰ ਨਹੀਂ, ਮੈਂ ਆਪਣੇ ਕਿਰਤ ਜਿਹੜੀ ਹੈਗੀ, ਕਮਾਈ ਜਿਹੜੀ ਹੈਗੀ ਹੈ ਨਾ, ਮੈਂ ਆਪਣਾ ਕੰਮ ਮੇਰਾ ਚੱਲਦਾ, ਮੈਨੂੰ ਇਹਦੇ 'ਚੋਂ ਪੈਸੇ ਕੱਢਣ ਦੀ ਜਾਂ ਇਹਦੇ 'ਚੋਂ ਕਮਾਈ ਕਰਨ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਮੇਰੇ ਘਰ ਦਾ ਖਰਚਾ ਜਿਹੜਾ ਹੈਗਾ ਨਾ, ਜਿਹੜਾ ਸਤਿਗੁਰੂ ਨੇ ਮੈਨੂੰ ਰੋਜ਼ਗਾਰ ਦਿੱਤਾ ਨਾ, ਮੈਂ ਉਹਦੇ ਨਾਲ ਬਹੁਤ ਹੈਪੀ ਹਾਂ। ਉਹਦੇ ਵਿੱਚੋਂ ਹੀ ਮੈਂ ਟਾਈਮ ਕੱਢ ਕੇ ਜਿਹੜਾ ਹੈਗਾ ਆ ਕੰਮ ਦੇ ਵਿੱਚੋਂ, ਤਾਂ ਮੈਂ ਇੱਥੇ ਆਉਂਦਾ ਸਟੂਡੀਓ ਦੇ ਵਿੱਚ ਆ ਕੇ ਤੁਹਾਡੇ ਰੂਬਰੂ ਹੁੰਦਾ, ਜਿਹੜੇ ਕਰੰਟ ਇਸ਼ੂ ਹੁੰਦੇ ਨੇ ਜਾਂ ਕੋਈ ਪ੍ਰੋਗਰਾਮ ਲਾਈਵ ਜਿਹੜੇ ਹੈਗੇ ਨੇ ਸਾਡੇ ਚੱਲਦੇ ਨੇ, ਕਦੀ ਅਮੈਰੀਕਾ ਤੋਂ ਕੈਨੇਡਾ ਤੋਂ ਜਿਹੜੇ ਪ੍ਰੋਗਰਾਮ ਆਉਂਦੇ ਨੇ ਸਾਨੂੰ, ਉਹ ਤੁਹਾਡੇ ਨਾਲ ਇੱਥੇ ਸ਼ੇਅਰ ਕੀਤੇ ਜਾਂਦੇ ਨੇ ਜਾਂ ਤੁਹਾਡੇ ਨਾਲ ਕਰੰਟ ਮੁੱਦਿਆਂ 'ਤੇ ਗੱਲ ਜਿਹੜੀ ਹੈਗੀ ਕੀਤੀ ਜਾਂਦੀ ਆ, ਕਿਉਂਕਿ ਉਹ ਤਾਂ ਹੀ ਹੋ ਸਕਦੀਆਂ ਨੇ, ਤਾਂ ਹੀ ਹੁੰਦੀਆਂ ਪਈਆਂ ਨੇ, ਕਿਉਂਕਿ ਇਹ ਦਾਸ ਆਪਣੇ ਵੱਲੋਂ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਦਸਵੰਧ ਕੱਢਦਾ ਪਿਆ ਆ ਅਤੇ ਤੁਹਾਡੇ ਰੂਬਰੂ ਕਰਦਾ ਪਿਆ। ਅਤੇ ਹੁਣ ਜਿਹੜੇ ਹੈਗੇ ਨੇ ਕਿ ਕਿਉਂਕਿ ਉਦੋਂ ਤਾਂ ਲੋਕਡਾਊਨ ਸੀ ਅਤੇ ਸਾਰਾ ਕੰਮ ਚੱਲੀ ਜਾਂਦਾ ਸੀ, ਹੁਣ ਲੋਕਡਾਊਨ ਖੁੱਲ੍ਹ ਚੁੱਕੇ ਹੋਏ ਨੇ, ਹੁਣ ਦਾਸ ਨੂੰ ਵੀ ਕੀ ਕਹਿੰਦੇ ਨੇ ਥੋੜ੍ਹੀਆਂ ਬਹੁਤੀਆਂ ਨਾ ਭਾਜਣਾ ਜਿਹੜੀਆਂ ਹੈਗੀਆਂ ਨੇ ਕੰਮ ਨੇ ਪਾਈਆਂ ਹੋਈਆਂ, ਅਤੇ ਇਸ ਕਰਕੇ ਹੁਣ ਮਿਹਨਤ ਜ਼ਿਆਦਾ ਅਤੇ ਪੈਸਾ ਜਿਹੜਾ ਹੈਗਾ ਉਹ ਘੱਟ ਗਿਆ ਹੁਣ, ਕਿਉਂਕਿ ਪੈਸੇ ਦੀ ਵੈਲਿਊ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਹੀ ਆ ਕਿ ਉਹ ਘੱਟ ਗਈ ਹੋਈ ਆ। ਅਤੇ ਇਸੇ ਕਰਕੇ ਅਸੀਂ ਇਹ ਸੋਚਿਆ ਹੋਇਆ, ਮਨ ਬਣਾਇਆ ਹੋਇਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤੁਹਾਡੇ ਕੀ ਕਹਿੰਦੇ ਨੇ ਸੋਆਂ ਦੇ ਵਿੱਚ ਨਹੀਂ ਚਾਹੀਦੇ, ਸਾਨੂੰ ਜੇ ਤੁਸੀਂ 5 ਪੌਂਡ ਵੀ ਦਿਓਗੇ ਨਾ, 5 ਪੌਂਡ
ਜਾਂ $5 ਵੀ ਦਿਓਗੇ ਤਾਂ ਤੁਹਾਡੇ ਉਹ ਵੀ ਜਿਹੜੇ ਹੈਗੇ ਨੇ ਅਸੀਂ ਐਕਸੈਪਟ ਕਰਾਂਗੇ। ਅਸੀਂ ਇਹ ਨਹੀਂ ਕਹਾਂਗੇ ਕਿ ਇਹ ਐਡਾ ਅਮੀਰ ਬੰਦਾ ਆਇਆ ਅਤੇ £5 ਦੇਣ ਲੱਗਿਆਂ ਕੁਛ ਸੋਚਦਾ ਤਾਂ ਸਹੀ, ਅਸੀਂ ਇਹ ਨਹੀਂ। ਅਸੀਂ ਕਹਿੰਦੇ ਕਿ ਤੁਹਾਡਾ ਜੋ ਦਿੱਤਾ ਸਾਡੇ ਸਿਰ ਮੱਥੇ ਪ੍ਰਵਾਨ ਹੋਏਗਾ, ਕਿਉਂਕਿ ਇਹ ਜਿਹੜਾ ਹੈਗਾ ਸਾਂਝੇ ਪੰਜਾਬ ਨੂੰ ਚਲਾਉਣ ਵਾਸਤੇ ਜਾਂ ਰਣਜੀਤ ਸਿੰਘ ਨੂੰ ਜਾਂ ਕਿਸੇ ਹੋਰ ਨੂੰ ਪਰਸਨਲ ਬੰਦੇ ਨੂੰ ਚਲਾਉਣ ਵਾਸਤੇ ਇਹ ਦਸਵੰਧ ਨਹੀਂ ਵਰਤਿਆ ਜਾਏਗਾ। ਇਹ ਸਿਰਫ ਸਾਂਝੇ ਪੰਜਾਬ ਨੂੰ ਚਲਾਉਣ ਵਾਸਤੇ ਜਿਹੜਾ ਹੈਗਾ ਆ ਇਹ ਕੰਮ ਸ਼ੁਰੂ ਕੀਤਾ ਹੋਇਆ ਜੀ। ਹਾਂਜੀ ਹਾਂਜੀ, ਬਾਕੀ ਇਹ ਆ ਵੀ ਪੰਜਾਬੀ ਦੇ ਜਿੰਨੇ ਵੀ ਚੈਨਲ ਹੋਣ ਇਸ ਲੈਂਗੁਏਜ ਦੇ ਉਨੇ ਘੱਟ ਆ। ਬਿਲਕੁਲ, ਇਹ ਮੇਰੀ ਤਾਂ ਇਹ ਵੀ ਬੇਨਤੀ ਹੈ ਕਿ ਇਹ ਆਪਣੇ ਪੰਜਾਬ ਇੰਡੀਆ ਵਾਲੇ ਪੰਜਾਬ ਦੀ ਨਹੀਂ, ਜਿਹੜਾ ਲਹਿੰਦਾ ਪੰਜਾਬ ਆ ਪਾਕਿਸਤਾਨ ਦੇ, ਉਹ ਵੀ ਪੰਜਾਬੀ ਨੂੰ ਬੜੇ ਪਿਆਰ ਕਰਦੇ ਆ। ਬਿਲਕੁਲ ਜੀ, ਸੋ ਇਹਨੂੰ ਆਪਣੀ ਜਿਹੜਾ ਭਾਸ਼ਾ ਹੈ ਸਾਡੀ ਪੰਜਾਬੀ ਭਾਸ਼ਾ ਨੂੰ ਜੀਵਿਤ ਰੱਖਣ ਲਈ, ਪ੍ਰਫੁੱਲਿਤ ਕਰਨ ਦੇ ਲਈ, ਗੁਰੂਆਂ ਦੀ ਗੱਲ ਕਰਨ ਦੇ ਲਈ, ਅਤੇ ਜਿਹੜਾ ਸਾਂਝੀ ਵਾਲਤਾ ਦਾ ਉਹਨੂੰ ਭਾਈਚਾਰੇ ਨੂੰ ਜੋੜਨ ਦੇ ਲਈ ਇਹ ਜਿਹੜਾ ਚੈਨਲ ਆ ਪੰਜਾਬ ਚੈਨਲ UK, ਇਹ ਬੜਾ ਇਹਦਾ ਰੋਲ ਬਹੁਤ ਵੱਡਾ ਆ, ਅਤੇ ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਚੱਲਣਾ ਸੰਗਤ ਜੀ। ਸੋ ਤੁਸੀਂ ਜਿੰਨਾ ਵੀ ਹੈ ਜਿੱਦਾਂ ਇਹਨਾਂ ਨੇ ਕਿਹਾ ਹੈ, ਅਤੇ ਤੁਸੀਂ ਉੱਦਾਂ ਜਿੰਨੇ ਲੰਬ ਸਭ ਕੋ ਦੇਣੇ ਆ ਉਹ ਵੀ ਤੁਹਾਡੀ ਬੜੀ ਬਹੁਤ ਧੰਨਵਾਦ ਆ ਤੁਹਾਡਾ, ਅਤੇ ਤੁਸੀਂ ਜ਼ਰੂਰ ਇਹ ਮਦਦ ਕਰਨੀ ਹੈ, ਇਹੀ ਮੇਰੀ ਬੇਨਤੀ ਹੈ ਜੀ। ਬਿਲਕੁਲ ਜੀ, ਕਿਉਂਕਿ ਪ੍ਰੋਗਰਾਮ ਅਸੀਂ ਜ਼ਿਆਦਾ ਵੱਡਾ ਨਹੀਂ ਕਰਨਾ ਚਾਹੁੰਦੇ ਹੈਗੇ, ਕਿਉਂਕਿ ਟਾਈਮ ਜਿਹੜਾ ਹੈਗਾ ਆ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ। ਅਤੇ ਇੱਕ ਵਾਰੀ ਫਿਰ ਸਾਡੇ ਆਏ ਹੋਏ ਗੈਸਟ ਜਿਹੜੇ ਨੇ ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਵੀ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ ਸਾਂਝਾ ਪੰਜਾਬ ਚੈਨਲ ਦੇ ਉੱਤੇ ਆਉਂਦੇ ਨੇ। ਅਤੇ ਨਾਲ ਹੀ ਇੱਕ ਛੋਟੀ ਜਿਹੀ ਅਪੀਲ ਜਿਹੜੀ ਹੈਗੀ ਮੈਂ ਇੱਕ ਹੋਰ ਕਰਨਾ ਚਾਹੁੰਦਾ ਕਿ ਜੇ ਕਿਸੇ ਨੂੰ ਇਹ ਆਪਣੀ ਗੱਲ ਇਹ ਕੀ ਕਹਿੰਦੇ ਨੇ ਸੰਗਤ ਦੇ ਰੂਬਰੂ ਕਰਨੀ ਹੋਵੇ ਤਾਂ ਉਹ ਵੀ ਇਸ ਚੈਨਲ ਦਾ ਜਿਹੜਾ ਹੈਗਾ ਹਿੱਸਾ ਬਣ ਸਕਦਾ ਹੈਗਾ, ਮੈਂਬਰ ਬਣ ਸਕਦਾ ਹੈਗਾ। ਅਤੇ ਜਿਹੜੀ ਹੈਗੀ ਆ ਸਾਰੀ ਜਿਹੜੀ ਕੀ ਕਹਿੰਦੇ ਨੇ ਇੱਥੇ ਦੀ ਸਿਖਲਾਈ ਜਿਹੜੀ ਹੈਗੀ ਆ ਉਹਨੂੰ ਦਿੱਤੀ ਜਾਏਗੀ। ਅਤੇ ਕਿਉਂਕਿ ਕਈ ਵਾਰੀ ਹੁੰਦਾ ਕਿ ਬੰਦਾ ਬਹੁਤ ਇੰਟੈਲੀਜੈਂਟ ਹੁੰਦਾ ਆ ਅਤੇ ਉਹਨੂੰ ਕੀ ਕਹਿੰਦੇ ਨੇ ਇੱਕ ਝਿਜਕ ਜਿਹੜੀ ਹੁੰਦੀ ਹੈ ਨਾ ਕੈਮਰੇ ਦੇ ਅੱਗੇ, ਜਿਹੜਾ ਡਰ ਜਿਹੜਾ ਹੈਗਾ ਆ ਉਹ ਇੱਥੇ ਬੈਠ ਕੇ ਕੱਢਿਆ ਜਾਏਗਾ ਸਾਂਝੇ ਪੰਜਾਬ 'ਚੋਂ। ਬਾਅਦ 'ਚ ਭਾਵੇਂ ਇਹਨੂੰ ਛੱਡ ਕੇ ਕਿਸੇ TV ਚੈਨਲ 'ਤੇ ਚਲਾ ਜਾਵੇ, ਸਾਨੂੰ ਉਹਦੀ ਵੀ ਕੋਈ ਪਰਵਾਹ ਨਹੀਂ ਹੈਗੀ, ਉਹਦਾ ਵੀ ਸਾਨੂੰ ਕੋਈ ਮਾਇੰਡ ਨਹੀਂ ਹੈਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਜਿਹੜੀ ਹੈਗੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਧੜਕੇ, ਸਾਡੀ ਆਵਾਜ਼ ਜਿਹੜੀ ਹੈਗੀ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਆਵੇ। ਕਿਉਂਕਿ ਅਸੀਂ ਜਦੋਂ ਇਹ ਸ਼ੁਰੂ ਕੀਤਾ ਸੀ ਨਾ, ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਜਦੋਂ ਸ਼ੁਰੂ ਕੀਤਾ ਸੀ ਅਸੀਂ ਇਹ ਸੁਪਨੇ ਨਾਲ ਸ਼ੁਰੂ ਕੀਤਾ ਸੀ ਕਿ ਅਸੀਂ ਜੇ ਇਹਨੂੰ ਸ਼ੁਰੂ ਕੀਤਾ ਤਾਂ ਕੱਲ੍ਹ ਨੂੰ ਅਸੀਂ TV ਚੈਨਲ ਦੇ ਰੂਪ ਦੇ ਵਿੱਚ ਆਵਾਂਗੇ। ਪਰ ਕੀ ਕਹਿੰਦੇ ਨੇ ਅੱਜ ਕੱਲ੍ਹ ਦਾ ਜ਼ਮਾਨਾ ਉਹ ਆ ਗਿਆ ਹੋਇਆ ਕਿ ਅੱਜ ਕੱਲ੍ਹ ਸਾਰਿਆਂ ਦੇ ਕੋਲ ਮੋਬਾਈਲ ਹੈ। ਬਿਲਕੁਲ, TV ਦੇ ਸਾਹਮਣੇ ਬੈਠਣਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ। ਅੱਜ ਕੱਲ੍ਹ ਜੇ ਕੋਈ ਗੱਡੀ 'ਚ ਬੈਠਾ ਜਾਂ ਘਰੇ ਬੈਠਾ, ਇੱਥੇ ਤੱਕ ਕਿ ਹੁਣ ਤਾਂ ਲੋਕ ਟੋਇਲਟਾਂ ਦੇ ਵਿੱਚ ਵੀ ਬੈਠ ਕੇ ਫੋਨ ਯੂਜ਼ ਕਰਦੇ, ਉੱਠ ਕੇ ਪਹਿਲਾਂ ਹੀ ਕੰਮ ਕਰਦੇ ਆ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਇਹੀ ਜਿਹੜਾ ਹੈਗਾ ਫਿਰ ਅਸੀਂ ਆਪਣੇ ਸੁਪਨੇ ਨੂੰ ਥੋੜ੍ਹਾ ਜਿਹਾ ਨਾ ਥੱਲੇ ਲਿਆਂਦਾ, ਅਤੇ ਅਸੀਂ ਫਿਰ ਇਹੀ ਸੋਚਿਆ ਕਿ ਕਿਉਂ ਨਾ ਲੋਕਾਂ ਦੇ ਜਿਹੜੇ ਹੈਗੇ ਨੇ ਮੋਬਾਈਲ ਹੈਂਡਸੈੱਟ ਨੇ ਉਹਨਾਂ ਦੇ ਵਿੱਚ ਹੀ ਜਿਹੜਾ ਹੈਗਾ ਆ ਰਿਹਾ ਜਾਵੇ, ਤਾਂ ਜੋ ਅਸੀਂ ਉਹਨਾਂ ਦੇ ਨਾਲ ਕਨੈਕਟ ਰਹਾਂਗੇ, ਉਹਨਾਂ ਦੇ ਜੁੜੇ ਰਹਾਂਗੇ। ਅਤੇ ਸਾਡਾ ਜਿਹੜਾ ਹੈਗਾ ਆ ਕੀ ਕਹਿੰਦੇ ਨੇ ਹੋਰ ਪ੍ਰੋਜੈਕਟ ਜਿਹੜਾ ਹੈਗਾ ਉਹ ਵੀ ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਏਗਾ ਕਿ ਐਪਲ ਸਟੋਰ ਤੋਂ ਤੁਸੀਂ ਸਾਂਝੇ ਪੰਜਾਬ ਦਾ ਐਪਸ ਵੀ ਜਿਹੜਾ ਹੈਗਾ ਆ ਉਹ ਵੀ ਤਿਆਰ ਹੋ ਰਿਹਾ, ਅਤੇ ਹੈਂਡਰੋਇਡ ਐਪਸ ਜਿਹੜਾ ਹੈਗਾ ਉਹ ਵੀ ਤਿਆਰ ਹੋ ਰਿਹਾ ਕਿ ਹੁਣ ਜਿਹੜਾ ਹੈਗਾ ਸਾਂਝੇ ਪੰਜਾਬ ਨੂੰ ਤੁਸੀਂ ਫੇਸਬੁੱਕ 'ਤੇ ਨਹੀਂ ਆਪਣੇ ਕਿਸੇ ਵੀ ਇਹ, ਕਿਉਂਕਿ ਹੁਣ ਅੱਜ ਕੱਲ੍ਹ ਜਿਹੜੇ ਹੈਗੇ ਨੇ TV ਵੀ ਜਿਹੜੇ ਆ ਗਏ ਨੇ ਨਾ ਉਹ ਵੀ ਹੈਂਡਰੋਇਡ ਆ ਗਏ ਹੋਏ ਨੇ, ਉਹਨਾਂ ਦੇ ਵਿੱਚ ਵੀ ਤੁਸੀਂ ਐਪਸ ਡਾਊਨਲੋਡ ਕਰ ਸਕਦੇ ਹੋ। ਹੁਣ
ਕੀ ਕਹਿੰਦੇ ਨੇ ਟੀਵੀ ਦਾ ਬਟਨ ਲਾਉਣਾ ਤੇ ਐਪਸ ਨੂੰ ਆਨ ਕਰਨਾ ਤੇ ਸਾਂਝਾ ਪੰਜਾਬ ਖੁੱਲ ਜਾਣਾ। ਬੜਾ ਈਜ਼ੀ ਹੋ ਗਿਆ ਜੀ, ਬਹੁਤ ਈਜ਼ੀ ਹੋ ਗਿਆ। ਤੇ ਫਿਰ ਹੁਣ ਇਸੇ ਕਰਕੇ ਸੋਚਿਆ ਕਿ ਅਸੀਂ ਕੰਧ ਦੇ ਨਾਲ ਨਹੀਂ ਲੱਗਣਾ, ਸਾਂਝੇ ਪੰਜਾਬ ਨੂੰ ਕੰਧ ਦੇ ਨਾਲ ਨਹੀਂ ਲਾਉਣਾ, ਤੁਹਾਡੇ ਦਿਲਾਂ ਦੇ ਨਾਲ ਲਾਉਣਾ। ਇਹ ਤਾਂ ਹੀ ਹੋ ਸਕਦਾ ਕਿ ਜੇ ਤੁਸੀਂ ਇਹਦੀ ਮਦਦ ਵਾਸਤੇ ਅੱਗੇ ਆਵੋਗੇ, ਇਹਦੀ ਮਦਦ ਕਰਨ ਵਾਸਤੇ ਤੁਸੀਂ ਉੱਠੋਗੇ। ਅਤੇ ਜੇ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਸਾਂਝਾ ਪੰਜਾਬ ਦਾ ਵਟਸਐਪ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈਗਾ, ਅਤੇ ਫੋਨ ਲਾਈਨਾਂ ਜਿਹੜੀਆਂ ਹੈਗੀਆਂ ਨੇ 24/7 ਖੁੱਲ੍ਹੀਆਂ ਹੁੰਦੀਆਂ ਨੇ। ਦਾਸ ਨੂੰ ਬੇਝਿਜਕ ਹੋ ਕੇ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹੋ, ਅਤੇ ਤੁਹਾਡੀ ਇੱਕ ਇੱਕ ਕੋਲ ਦਾ ਜਿਹੜਾ ਹੈਗਾ ਆ ਜਵਾਬ ਜਿਹੜਾ ਹੈਗਾ ਦਿੱਤਾ ਜਾਏਗਾ। ਜੇ ਕਿਸੇ ਨੂੰ ਫਾਰਮ ਚਾਹੀਦੇ ਨੇ ਸਟੈਂਡਿੰਗ ਆਰਡਰ ਦੇ, ਅਤੇ ਉਹ ਵੀ ਤੁਸੀਂ ਜਿਹੜਾ ਹੈਗਾ ਆ ਆਪਣਾ ਐਡਰੈਸ ਸੈਂਡ ਕਰਕੇ, ਗੱਲ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਤੁਸੀਂ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚ ਹੋ ਅਤੇ ਉਹ ਤੁਸੀਂ ਕਹਿੰਦੇ ਮੰਗਾ ਸਕਦੇ ਹੋ ਬਾਈ ਪੋਸਟ, ਅਤੇ ਤੁਸੀਂ ਉਹਨੂੰ ਫਿੱਲ ਕਰਕੇ ਅਤੇ ਆਪਣੇ ਬੈਂਕ ਦੇ ਵਿੱਚ ਜਾ ਕੇ ਅਤੇ ਤੁਸੀਂ ਉਹਨੂੰ ਜਮ੍ਹਾਂ ਕਰਾ ਦਿਓ, ਅਤੇ ਆਟੋਮੈਟਿਕਲੀ ਜਿਹੜੇ ਹੈਗੇ ਨੇ ਤੁਹਾਡੇ ਅਕਾਊਂਟ 'ਚੋਂ ਜਿੰਨੇ ਵੀ ਤੁਸੀਂ ਪੈਸੇ ਦੇਣੇ ਨੇ ਜੋ ਤੁਸੀਂ ਡਿਸਾਈਡ ਕੀਤਾ ਹੋਇਆ, ਅਤੇ ਆਟੋਮੈਟਿਕਲੀ ਬੈਂਕ ਜਿਹੜਾ ਹੈਗਾ ਉਹ ਆਪਣੇ 'ਚੋਂ ਕੱਢ ਕੇ ਅਤੇ ਸਾਂਝਾ ਪੰਜਾਬ ਦੇ ਅਕਾਊਂਟ ਦੇ ਵਿੱਚ ਹੈਗੇ ਉਹ ਪਾ ਦਿੱਤੇ ਜਾਣਗੇ। ਅਤੇ ਆਖਿਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਸੰਗਤ ਬੜੀ ਸਿਆਣੀ ਹੈ ਜੀ, ਸੰਗਤ ਹਮੇਸ਼ਾ ਵੱਡੀ ਹੁੰਦੀ ਹੈ। ਬਿਲਕੁਲ ਜੀ, ਅਤੇ ਮੇਰਾ ਖਿਆਲ ਹੈ ਵੀ ਜ਼ਰੂਰ ਉਹ ਤੁਹਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ। ਅਤੇ ਦਾਤਾ ਇੱਕ ਸੱਚਾ ਪਾਤਸ਼ਾਹ ਜਿਹੜਾ, ਉਹ ਵੀ ਉਹਦਾ ਵੀ ਬੜਾ ਰੋਲ ਹੈ। ਜਿਹੜੇ ਸੱਚੇ ਬੰਦੇ ਆ, ਸੱਚੇ ਦਿਲ ਦੀ, ਉਹਨੂੰ ਜ਼ਰੂਰ ਕਾਮਯਾਬੀ ਮਿਲਦੀ ਹੈ। ਸੋ ਤੁਸੀਂ ਕਾਮਯਾਬ ਹੋਵੋਗੇ ਰਣਜੀਤ ਸਿੰਘ ਜੀ। ਬਿਲਕੁਲ ਜੀ, ਇਹੀ ਇਹੀ ਆਸ਼ੀਰਵਾਦ ਜਿਹੜਾ ਹੈਗਾ ਨਾ, ਇਹ ਕੀ ਕਹਿੰਦੇ ਨੇ, ਜਦੋਂ ਸ਼ੁਰੂ ਕੀਤਾ ਸੀ ਇਹ ਸਿਰਫ ਇਹਦੇ ਫੋਲੋਵਰਸ 500 ਸੀ, ਅੱਜ ਫੋਲੋਵਰਸ ਇਹਦੇ ਜਿਹੜੇ ਹੈਗੇ ਨੇ 40,000 ਨੇ। ਕਿਸੇ ਤੋਂ ਲੁਕੇ ਹੋਏ ਨਹੀਂ ਆ, ਸਾਹਮਣੇ ਫੇਸਬੁੱਕ ਦੇ ਉੱਤੇ ਪਏ ਹੋਏ ਆ। ਅਤੇ ਬਹੁਤ ਭਰਮਾ ਹੁੰਗਾਰਾ ਜਿਹੜਾ ਹੈਗਾ ਸਾਂਝੇ ਪੰਜਾਬ ਨੂੰ ਜਿਹੜਾ ਹੈਗਾ ਮਿਲਿਆ ਹੋਇਆ ਆ, ਇਸੇ ਹੀ ਭਰਮੇ ਹੁੰਗਾਰੇ ਨੂੰ ਅਗਾਂਹ ਵਧਾਉਣ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਅਤੇ ਇਹੀ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਇਹਦੀ ਮਦਦ ਕੀਤੀ ਜਾਵੇ, ਤਾਂ ਜੋ ਇਸ ਨੂੰ ਜਿਹੜਾ ਹੈਗਾ ਆ ਗਾਂਹ ਨੂੰ ਲੈ ਕੇ ਜਾ ਸਕੀਏ। ਕਿਉਂਕਿ ਇਹਦੇ ਜਿਹੜੇ ਐਪਸ ਵੀ ਜਿਹੜੇ ਹੈਗੇ ਬਣ ਰਹੇ ਨੇ, ਉਹ ਵੀ ਤੁਹਾਨੂੰ ਪਤਾ ਆ ਕਿ ਉਹ ਕਿਹੜਾ ਫਰੀ ਬੰਨੇ ਨੇ, ਖਰਚਾ ਕਿਉਂਕਿ ਜਦੋਂ ਕੰਮ ਸ਼ੁਰੂ ਹੋ ਜਾਂਦਾ ਨਾ, ਤਾਂ ਫਿਰ ਥੱਲੇ ਉਤਰਨ ਨੂੰ ਦਿਲ ਨਹੀਂ ਕਰਦਾ ਹੁੰਦਾ। ਫਿਰ ਬੰਦਾ ਕਹਿੰਦਾ ਹੁੰਦਾ ਕਿ ਗਾਂਹ ਨੂੰ ਵਧਾਂ, ਗਾਂਹ ਵਧਾਂ, ਜਿਹੜੇ ਕਿ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ ਹੈਗੀਆਂ ਨੇ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਦਿੱਤੀਆਂ ਜਾਣ, ਲੋਕਾਂ ਦਾ ਭਲਾ ਕੀਤਾ ਜਾਵੇ। ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਉਹ ਇੱਕ ਵਾਰੀ ਮਿਲਦੀ ਹੈ। 84 ਲੱਖ ਜੂਨਾਂ ਨਾ ਅੱਜ ਤੱਕ ਕਿਸੇ ਨੇ ਦੇਖੀਆਂ, ਅਤੇ ਨਾ ਹੀ ਕਿਸੇ ਨੇ ਭੁਗਤ ਕੇ ਵਾਪਸ ਆਉਣਾ, ਅਤੇ ਨਾ ਹੀ ਚੇਤੇ ਰਹਿਣੀਆਂ ਕਿ ਮੈਂ ਪਿਛਲੇ ਜਨਮ 'ਚ ਕੀ ਸੀ, ਅਤੇ ਜਾਂ ਮੈਨੂੰ ਕਿ ਸਾਨੂੰ ਤਾਂ ਇਹ, ਅਸੀਂ ਤਾਂ ਇੱਦਾਂ ਦੇ ਬੰਦੇ ਹਾਂ ਕਿ 10 ਮਿੰਟ ਪਹਿਲਾਂ ਕੀ ਖਾਧਾ ਹੁੰਦਾ ਸਾਨੂੰ ਉਹ ਚੇਤਾ ਭੁੱਲਿਆ ਹੁੰਦਾ, ਅਤੇ ਅਸੀਂ ਉਹ ਪੁੱਛੀਦਾ ਕਿਸੇ ਨੂੰ ਕਿ ਯਾਰ ਕੀ ਖਾਧਾ ਸੀ 10 ਮਿੰਟ ਪਹਿਲਾਂ ਕੀ ਖਾਧਾ ਸੀ। ਅਤੇ ਪਿਛਲੇ ਜਨਮ ਦੀਆਂ ਗੱਲਾਂ ਹੀ ਬਹੁਤ ਵੱਡੀਆਂ ਨੇ, ਇਸ ਕਰਕੇ ਜਿਹੜਾ ਜਨਮ ਪਰਮਾਤਮਾ ਨੇ ਸਾਨੂੰ ਦਿੱਤਾ, ਕੁਛ ਨਾ ਕੁਛ ਸੋਚ ਸਮਝ ਕੇ ਦਿੱਤਾ ਹੋਇਆ, ਅਤੇ ਸਾਡਾ ਵੀ ਫਰਜ਼ ਇਹ ਬਣਦਾ ਹੈਗਾ ਕਿ ਅਸੀਂ ਇਸ ਜਨਮ ਨੂੰ ਸੋਚ ਸਮਝ ਕੇ ਜਿਹੜਾ ਹੈਗਾ ਆ ਉਹਨੂੰ ਵਰਤੀਏ, ਤਾਂ ਜੋ ਜਦੋਂ ਪਰਮਾਤਮਾ ਨੇ ਆਪਣੇ ਕੋਲ ਆਪਣੀ ਗੋਦੀ ਦੇ ਵਿੱਚ ਜਦੋਂ ਸਾਨੂੰ ਸਮੇਟ ਲੈਣਾ ਨਾ, ਤਾਂ ਫਿਰ ਉੱਥੇ ਜਿਹੜੇ ਹਿਸਾਬ ਕਿਤਾਬ ਜਿਹੜੇ ਹੋਣੇ ਨੇ, ਅਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਕੀ ਕਰਕੇ ਆਏ ਜਾਂ ਕੀ ਕੀਤਾ ਆ, ਇਹਦਾ ਵੀ ਲੇਖਾ ਜੋਖਾ ਜਿਹੜਾ ਹੈਗਾ ਆ ਇਹ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਆ। ਅਤੇ ਜਦੋਂ ਧਰਮਰਾਜ ਨੇ ਲੇਖਾ ਮੰਗਣਾ, ਤਾਂ ਫਿਰ ਕੀ ਮੁੱਖ ਲੈ ਕੇ ਜਾਏਗਾ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਹਮਣੇ ਆਉਣੀਆਂ ਨੇ, ਅਤੇ ਫਿਰ ਇਹੀ ਚੀਜ਼ਾਂ ਜਿਹੜੀਆਂ ਹੈ ਤੁਹਾਡੇ ਰੂਬਰੂ ਕਰਦੇ ਹਾਂ। ਅਤੇ ਜਿਹੜਾ ਸਾਂਝਾ ਪੰਜਾਬ ਦੇ ਜਿਹੜੇ ਹੈਗੇ ਨੇ ਹੋਰ ਪ੍ਰੋਗਰਾਮ ਵੀ ਜਿਹੜੇ ਹੈਗੇ ਨੇ ਬਹੁਤ ਜਲਦੀ ਤੁਹਾਡੇ ਰੂਬਰੂ ਕੀਤੇ ਜਾਣਗੇ, ਕਿਉਂਕਿ ਕਾਫੀ ਜਿਹੜੇ ਹੈਗੇ ਨੇ ਪ੍ਰੈਜ਼ੈਂਟਰ ਜਿਹੜੇ ਹੈਗੇ ਨੇ ਹੁਣ ਇਹ ਸਾਂਝੇ ਪੰਜਾਬ ਨੂੰ ਜੁਆਇਨ ਕਰ ਰਹੇ ਨੇ, ਅਤੇ ਫੋਨ ਵੀ ਆ ਰਹੇ ਨੇ ਉਹਨਾਂ ਦੇ,
ਅਤੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਚੱਲ ਰਹੀ ਹੈਗੀ ਆ, ਅਤੇ ਹੋਰ ਜਿਹੜੇ ਹੈਗੇ ਨੇ ਪ੍ਰੋਜੈਕਟ ਬਹੁਤ ਜਲਦੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਇਹ ਤਾਂ ਹੀ ਪੂਰੇ ਹੋ ਸਕਣਗੇ ਜੇ ਤੁਸੀਂ ਸਾਂਝੇ ਪੰਜਾਬ ਦਾ ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਆਪਣਾ ਅਥਾਹ ਪਿਆਰ ਦਿੱਤਾ, ਇਸੇ ਤਰ੍ਹਾਂ ਹੀ ਤੁਸੀਂ ਆਪਣਾ ਮਾਇਆ ਪੱਖੋਂ ਵੀ ਜਿਹੜਾ ਹੈਗਾ ਤੁਸੀਂ ਇਹਦਾ ਸਾਥ ਇਹਦੀ ਬਾਂਹ ਫੜੋਗੇ, ਤਾਂ ਹੀ ਇਹ ਜਿਹੜਾ ਹੈਗਾ ਬੁਲੰਦੀਆਂ ਵੱਲ ਨੂੰ ਜਿਹੜਾ ਹੈਗਾ ਕਾਮਯਾਬੀ ਵੱਲ ਨੂੰ ਜਿਹੜਾ ਵਧੇਗਾ। ਅਤੇ ਇੰਨੀਆਂ ਕੁ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆਂ, ਕੋਈ ਲਫ਼ਜ਼ ਦਾਸ ਦੇ ਮੂੰਹ 'ਚੋਂ ਕੋਈ ਬੋਲਿਆ ਗਿਆ ਹੋਵੇ ਜੋ ਤੁਹਾਨੂੰ ਪਸੰਦ ਨਾ ਆਇਆ ਹੋਵੇ, ਵਾਪਸ ਦਾਸ ਦੀ ਝੋਲੀ ਦੇ ਵਿੱਚ ਪਾ ਦਿੱਤਾ ਜਾਵੇ। ਅਤੇ ਅਗਾਂਹ ਵਾਸਤੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦਾ ਧਿਆਨ ਰੱਖ ਕੇ ਪ੍ਰੋਗਰਾਮ ਜਿਹੜਾ ਹੈਗਾ ਕੀਤਾ ਜਾਏਗਾ। ਅਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।